ਤਾਂ ਉਹਨੇ ਮੇਰੀ ਕਮੀਜ਼ ਪਾੜਤੀ ਗਲ ਪੈ ਗਿਆ ਕੁੱਟਮਾਰ ਕਰਨ ਲੱਗ ਗਿਆ ਤੇ ਇੱਥੋਂ ਬੰਦੇ ਲੈ ਕੇ ਭੱਜ ਗਿਆ ਇਹ ਜੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਇਹ ਥਾਣਾ ਪਾਇਲ ਅੰਦਰ ਲੋਕ ਇਨਸਾਫ ਪਾਰਟੀ ਵੱਲੋਂ ਲਗਾਏ ਗਏ ਧਰਨੇ ਦੀਆਂ ਨੇ ਜਿੱਥੇ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਪਿੰਡ ਮਕਸੂਦ ਦੜਾ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਥਾਣੇ ਅੰਦਰ ਗੱਲਬਾਤ ਕਰਨ ਲਈ ਬੁਲਾਇਆ ਗਿਆ ਉਸੇ ਵਕਤ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ ਜਿਸ ਤੇ ਪੁਲਿਸ ਅਤੇ ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਵਿਚਕਾਰ ਤੁੱਕਾ ਮੁੱਕੀ ਹੋ ਗਈ ਇਸ ਤੋਂ ਬਾਅਦ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ ਲੋਕ ਇਨਸਾਫ ਪਾਰਟੀ ਦੇ ਕਾਰਕੁਨਾਂ ਅਤੇ ਪੁਲਿਸ ਮੁਲਾਜ਼ਮਾਂ ਵਿਚਕਾਰ ਹੋਈ ਝੜਪ ਦੌਰਾਨ SHO ਕਰਨੈਲ ਸਿੰਘ ਦੇ ਕੱਪੜੇ ਫਾੜੇ ਗਏ ਅਤੇ ਗਿਆਸਪੁਰਾ ਤੇ ਹੋਰ ਸਾਥੀਆਂ ਦੀ ਪਾਗ ਉਤਾਰੀ ਗਈ ਇਸ ਮੌਕੇ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਅਤੇ ਲੋਕ ਇਨਸਾਫ ਪਾਰਟੀ ਦੇ ਕੁਝ ਸਾਥੀਆਂ ਵੱਲੋਂ ਇੱਟਾਂ ਰੋੜੇ ਵੀ ਵਰਾਏ ਗਏ ਨੇ ਥਾਣੇ ਅੰਦਰ ਲੋਕ ਇਨਸਾਫ ਪਾਰਟੀ ਵੱਲੋਂ ਦਿੱਤੇ ਧਰਨੇ ਦਾ ਅਸਲ ਮਾਮਲਾ ਇਹ ਸੀ ਕਿ ਪਿੰਡ ਮਕਸੂਦ ਦੁੜਾ ਦੇ ਸਰਪੰਚ ਅਤੇ ਇੱਕ ਪੰਚ ਵੱਲੋਂ ਕੱਚੇ ਮਕਾਨਾਂ ਨੂੰ ਪਾਸ ਕਰਾਉਣ ਬਦਲੇ ਪਿੰਡ ਦੇ ਕੁਝ ਲੋਕਾਂ ਵੱਲੋਂ ਪੈਸੇ ਲੈਣ ਦਾ ਦੋਸ਼ ਲਗਾਇਆ ਗਿਆ ਸੀ ਜਿਸ ਸੰਬੰਧੀ ਸ਼ਿਕਾਇਤਕਰਤਾ ਨੇ ਥਾਣਾ ਪਾਇਲ ਅਤੇ SDM ਪਾਇਲ ਨੂੰ ਦਰਖਾਸਤ ਦਿੱਤੀ ਸੀ ਜਿਸ ਦੀ ਸੁਣਵਾਈ ਨਾ ਹੋਣ ਤੇ ਲੋਕ ਇਨਸਾਫ ਪਾਰਟੀ ਵੱਲੋਂ ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਵਿੱਚ ਥਾਣਾ ਪਾਇਲ ਵਿਖੇ ਧਰਨਾ ਲਗਾਇਆ ਗਿਆ ਸੀ ਇਹ ਅਸਲ ਵਿੱਚ ਜੀ ਪਿਛਲੇ ਦਿਨ ਹੀ ਅਸੀਂ ਗਿਆਸਪੁਰਾ ਜੀ ਦੇ ਧਿਆਨ 'ਚ ਲਿਆਂਦਾ ਸੀ ਵੀ ਸਾਡੇ ਪਿੰਡ ਸਰਪੰਚ ਅਤੇ ਪੰਚ ਮਿਲ ਕੇ ਪੱਕੇ ਮਕਾਨਾਂ ਦੇ ਨਾਂ 'ਤੇ ਰੁਪਈਏ ਲੈ ਰਹੇ ਕਿਸੇ ਤੋਂ 5,000 ਰੁਪਏ ਤੋਂ 7 ਜਿਹੜੇ ਗੈਰ ਕਾਨੂੰਨੀ ਮਤਲਬ ਪੱਕੇ ਮਕਾਨ ਸੀ ਜਿਨ੍ਹਾਂ ਦੇ ਉਹਨਾਂ ਨੂੰ 30,000 ਦੀ ਡੀਲ ਹੋਈ ਸੀ ਅਤੇ ਇਹਦੇ ਸੰਬੰਧ 'ਚ ਫਿਰ ਅਸੀਂ ਵੀਡੀਓ ਜੋ ਵੀ ਉੱਥੇ ਮੀਟਿੰਗ ਹੋਈ ਉਹਦੇ ਵਿੱਚ ਵਾਇਰਲ ਕੀਤੀ ਉਸੇ ਵੀਡੀਓ ਦੀ ਰੰਜਿਸ਼ ਤਹਿਤ ਬੱਬੂ ਵੀਰ ਨੂੰ ਅੱਜ ਲੈ ਕੇ ਆਏ ਨੇ ਥਾਣੇ ਅਤੇ ਬਾਅਦ ਸੱਜਣ ਵੀ ਗਏ ਨੇ ਇਹਨੂੰ ਬਰਾਇਆ ਧਮਕਾਇਆ ਵੀ ਆ ਉੱਦਾਂ ਵੀ ਸਰਪੰਚ ਧਮਕੀਆਂ ਦਿੰਦਾ ਫਿਰਦਾ ਵੀ ਜਗਰਾਤ ਤਾਂ ਇੱਕ ਹਫ਼ਤੇ ਦਾ ਹੀ ਪ੍ਰਾਹੁਣਾ ਅਸੀਂ ਇਹਦਾ ਇਲਾਜ ਕਰ ਦੇਣਾ ਨਾਲ ਦਿਆਂ ਨੂੰ ਵੀ ਬਰਾਇਆ ਧਮਕਾ ਰਿਹਾ ਹਾਂ ਜੀ ਉਹ ਇੱਕ ਦਿਨ ਉਸ ਤੋਂ 4 ਕੁ ਦਿਨ ਬਾਅਦ ਗਿਆਸਪੁਰਾ ਜੀ ਦੇ ਮੀਟਿੰਗ ਤੋਂ 4 ਕੁ ਦਿਨਾਂ ਬਾਅਦ ਜੱਸੀ ਦਊਂਗਾ ਜਿਹੜਾ ਅਖੌਤੀ ਚੇਅਰਮੈਨ ਕਹੂੰਗਾ ਜੀ ਉਹਨੂੰ ਮੈਂ ਕਿਉਂਕਿ ਉਹਦੇ ਘਰ ਵਾਲੀ ਚੇਅਰਮੈਨ ਆ ਅਤੇ ਉਹ ਆਪਣੇ ਆਪ ਨੂੰ ਚੇਅਰਮੈਨ ਦੱਸਦਾ ਅਤੇ ਸਾਡੇ ਲੀਡਰ ਸਾਹਿਬਾਨ ਗਿਆਸਪੁਰਾ ਜੀ ਜੋ ਕਿ ਹਲਕਾ ਇੰਚਾਰਜ ਨੇ ਕਹਿੰਦਾ ਉਹ ਕਿਹੜਾ ਰੱਬ ਨੇ ਤੁਸੀਂ ਸੁਣਿਆ ਹੀ ਹੋਣਾ ਵੀਡੀਓ ਦੇ ਵਿੱਚ ਸਾਰਾ ਕੁਛ ਅਤੇ ਉਹ ਕੋਈ ਅਹਿਮੀਅਤ ਨਹੀਂ ਦੇ ਰਿਹਾ ਵਿਰੋਧੀ ਧਿਰ ਨੂੰ ਅਤੇ ਨਸ਼ੇ ਦੇ ਵਿੱਚ ਨਾਲ ਉਹਦੇ ਮਨਪ੍ਰੀਤ ਸਿੰਘ ਗੋਗਾ ਸਿਆਸਤ ਦੇ ਨਸ਼ੇ ਦੇ ਵਿੱਚ ਚੌਧਰ ਦੇ ਵਿੱਚ ਚੂਰ ਹੋਏ ਹੋਏ ਨੇ ਅਤੇ ਇਹਨਾਂ ਨੂੰ ਸਰਪੰਚ ਨੇ ਉਸ ਮੌਕੇ ਗਾਲਾਂ ਕੱਢੀਆਂ ਉਹਨੇ ਬਿਲਕੁਲ ਵੀ ਨਹੀਂ ਰੋਕਿਆ ਹੈਗਾ ਸਰਪੰਚ ਨੂੰ ਵੀ ਤੂੰ ਕਿਉਂ ਗਾਲਾਂ ਕੱਢਦਾ ਇਸ ਔਰਤ ਨੂੰ ਉੱਥੇ ਇਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਬੇਇੱਜ਼ਤ ਕੀਤਾ ਅਤੇ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਉਸੇ ਰੰਗ ਦਿੱਤਾ ਹੈ ਅਤੇ ਇਹਦੇ ਪ੍ਰਭਾਵ ਦਬਾਅ ਬਣਾਉਣ ਦੇ ਲਈ ਤਾਂ ਕਿ ਵੀ ਜਿਹੜੇ ਮੇਰੇ ਨਾਲ ਇੱਥੇ 2-3 ਪਰਿਵਾਰ ਆ ਜਿਨ੍ਹਾਂ ਦਾ ਧੱਕਾ ਹੋਇਆ ਵੀ ਉਹਨਾਂ 'ਚੋਂ ਮਗਰ ਹਟ ਜਾਣ ਬਾਕੀ ਦੇ ਵੀ ਕਿਉਂਕਿ ਮੇਨ ਇਹ ਨੇ ਬਾਕੀ 2 ਪਰਿਵਾਰ ਹੋਰ ਵੀ ਨੇ ਜਿਨ੍ਹਾਂ ਨੇ ਬਿਆਨ ਦਿੱਤੇ ਆ ਇਸ ਟਾਈਮ ਪੀੜਤ 3 ਨੇ ਜੀ ਅਤੇ ਬਾਕੀ ਮੌਕੇ 'ਤੇ ਜੇ ਅੱਜ ਆਪਾਂ ਕੋਈ ਪ੍ਰੋਗਰਾਮ ਰੱਖਦੇ ਹਾਂ ਤਾਂ ਬਹੁਤ ਸਾਰੇ ਸਾਹਮਣੇ ਆਉਣ ਨੂੰ ਤਿਆਰ ਨੇ ਤੁਸੀਂ ਉਹ ਮੀਟਿੰਗ ਦੇ ਵਿੱਚ ਵੀ ਦੇਖਿਆ ਕੋਈ ਮੇਰੇ ਗਾਲੀ ਔਰਤਾਂ ਸ਼ਿਕਾਇਤ ਕਰ ਰਹੀਆਂ ਨੇ ਕੋਈ ਹੋਰ ਕਿਸੇ ਨੇ ਪੈਸੇ ਲੈਣੇ ਸਰਪੰਚ ਤੋਂ ਉਹ ਸ਼ਿਕਾਇਤ ਕਰ ਰਿਹਾ ਜੀ ਉਸੇ ਦਿਨ ਹੋਇਆ ਉਹ ਸਾਰਾ ਗਾਲੀ ਗਲੋਚ ਉਹ ਸਰਪੰਚ ਨੇ ਬੜੇ ਭੈੜੀ ਲਫ਼ਜ਼ ਵਰਤੇ ਨੇ ਇਹ ਬੱਬੂ ਦੀ ਮਾਂ ਲਈ ਗਸਤੀ ਵਗੈਰਾ ਆਖਿਆ ਅਤੇ ਹੋਰ ਵੀ ਗਾਲਾਂ ਗੰਦੀਆਂ ਕੱਢੀਆਂ ਆਪਾਂ ਨਹੀਂ ਇੱਥੇ ਬਿਆਨ ਕਰ ਸਕਦੇ ਉਹਨਾਂ ਗੱਲਾਂ ਨੂੰ ਅਤੇ ਉਹਦੇ ਵਿੱਚ ਜੀ ਸਰਪੰਚ ਗਿਆਨ ਸਿੰਘ ਗੋਸਾ ਨਿਰਮਲਜੀਤ ਜੋ ਕਿ ਉਹਦੇ ਘਰ ਵਾਲੀ ਪੰਚਣੀ ਆ ਉਹਦੀ ਜਗ੍ਹਾ 'ਤੇ ਉਹ ਚੌਧਰ ਕਰ ਰਿਹਾ ਉਹਦਾ ਨਾਂ ਤੇ ਤੇਜ਼ੀ ਜੀ ਮੈਡਮ ਨਵਦੀਪ ਕੌਰ ਜਿਨ੍ਹਾਂ ਦਾ ਇਹਨਾਂ ਨੇ ਮਤਲਬ ਸਾਨੂੰ ਉਹ ਦਿਖਾ ਕੇ ਲਿਸਟ ਬੱਚਿਆਂ ਤੋਂ ਇਹਨਾਂ ਤੋਂ ਲੋਕਾਂ ਤੋਂ ਪੈਸੇ ਲਏ ਨੇ ਐਸ਼ਟੀਆ ਆਪਣੇ ਸੌਰੀ BDPO ਮੈਡਮ ਨੇ ਦਰਾਹੇ ਪੋਸਟਰ ਜੀ ਨੇ ਦੇਖੋ ਜੀ ਇਹ ਅਸੀਂ ਕੁਝ ਦਿਨ ਪਹਿਲਾਂ ਮਕਸੂਦੜੇ ਪਿੰਡ ਗਏ ਸੀ ਅਤੇ ਮਕਸੂਦੜੇ ਪਿੰਡ ਦੇ ਵਿੱਚ ਕੁਝ ਗਰੀਬ ਪਰਿਵਾਰਾਂ ਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਕਿ ਸਾਡੇ ਕੋਲੋਂ ਪੰਚਾਇਤ ਦੇ BDO ਦੇ ਨਾਮ 'ਤੇ 10-10,000 ਰੁਪਈਆ ਲਿਆ ਜਾ ਰਿਹਾ ਕੱਚੇ ਮਕਾਨਾਂ ਨੂੰ ਪੱਕੇ ਬਣਾਉਣ ਦੇ ਲਈ ਇਹ ਸੈਂਟਰ ਦੀ ਸਕੀਮ ਆ ਔਰ ਸੈਂਟਰ ਦੀ ਸਕੀਮ ਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਲੁੱਟ ਮਚਾਈ ਹੋਈ ਆ ਇਸ ਗੱਲ ਦੀ ਜਦੋਂ ਸਾਡੇ ਕੋਲ ਇਹ ਕੰਪਲੇਂਟ ਆਈ ਤਾਂ ਇਹਦੀ ਅਸੀਂ ਲਿਖਤੀ ਕੰਪਲੇਂਟ SDM ਸਾਹਿਬ ਨੂੰ ਵੀ ਦਿੱਤੀ ਔਰ ਕਿਉਂਕਿ ਇਹਨਾਂ ਨੂੰ ਜਦੋਂ ਇਹਨਾਂ ਨੇ ਇਹ ਚੀਜ਼ ਕੰਪਲੇਂਟ ਸਾਡੇ ਕੋਲ ਕੀਤੀ ਤਾਂ ਇਹਨਾਂ ਦੇ ਘਰ ਪੈਸੇ ਵੀ ਮੋੜਨ ਆਇਆ ਪਿੰਡ ਦਾ ਸਰਪੰਚ ਔਰ ਘਰ ਜਦੋਂ ਪੈਸੇ ਵੀ ਮੋੜਨ ਆਇਆ ਜਦੋਂ ਇਹਨਾਂ ਨੇ ਪੈਸੇ ਨਹੀਂ ਫੜੇ ਤਾਂ ਫਿਰ ਇਹਨਾਂ ਨੂੰ ਧਮਕੀਆਂ ਦਿੱਤੀਆਂ ਧਮਕੀਆਂ ਤੋਂ ਬਾਅਦ ਫਿਰ ਇੱਕ ਕੰਪਲੇਂਟ ਅਸੀਂ ਪੁਲਿਸ ਨੂੰ ਅਤੇ ਇੱਕ SDM ਸਾਹਿਬ ਨੂੰ ਦਵਾਈ ਔਰ ਤੁਸੀਂ ਦੇਖ ਲਓ ਕਿ ਕਿੰਨੀ ਧੱਕੇਸ਼ਾਹੀ ਆ ਕਿ ਕੰਪਲੇਂਟ ਜਿਹਨੇ ਕੀਤੀ ਆ ਜਿਨ੍ਹਾਂ ਤੋਂ ਰਿਸ਼ਵਤ ਲਈ ਆ ਅੱਜ
पंचायत ने एस डी एम ने तो मैं तो समझदा कि एस डी एम भी बिच इनवॉल्व हो गया और बी डी ओ नवदीप ये सारिया ने रल के जड़ा हैगा उस हिस्से पत्ती दी क्योंकि 59 जणियां तो पैसे लए ने 59 जणियां तो 10-10 हज़ार रुपया लिया 5,90,000 रुपया बनता और उसका कुछ हिस्सा पत्ती जड़ा हैगा अज पंजाब पुलिस नूं भी इत्थे पहुँच गया और पंजाब पुलिस ने यह घरों इस नौजवान नू घरों चक के ये थप्पड़ मारते हुए लैके आए ने इत्थे आके कहिंदे भी इहदे पटे मारो जदों इस गल दी असीं फेसबुक ते पाया कि तुरंत असीं पैल थाने पहुँच रहे हां उन्हें पैरी फिर इस मुंडे नू अपनी गड्डी दे विच बिठा के इनू घर छड्डन गए ने रस्ते दे विच फिर असीं पुलिस की गड्डी भी घेरी आ और उहदे विच दो ASI जिहड़े हैगे आ उह डायरैक्ट इनवॉल्व ने और साडी मंग आ जिन्ना चिर उह दोनों जिहड़े हैगे आ पुलिस वाले ASI जिन्ना चिर उह सस्पेंड नहीं हुंदे साडा इह धरना जारी रहूगा असीं पुलिस नू पुछदे आ कि किहड़े कानून दे तहत किहड़ी धारा दे तहत इह नौजवान नू तुसीं चक के लै के आए हो किहड़ी धारा दे तहत इहदे थप्पड़ मारे ने डंडे मारे ने ਉਹ ਕਿਹੜੀ ਧਾਰਾ ਕਿ ਤੁਸੀਂ ਇੱਕ ਬੰਦਾ ਜਿਹਨਾਂ ਮਦਈ ਆ ਜਿਹਨੇ ਦੋਸ਼ ਲਾਇਆ ਕਿ 10-10 ਹਜ਼ਾਰ ਰੁਪਈਆ ਤੁਸੀਂ ਉਹਨਾਂ ਕੋਲੋਂ ਫੜਿਆ ਔਰ ਉਹਦੇ ਸਬੂਤ ਵਜੋਂ ਪਿੰਡ ਦੀ ਪੰਚਾਇਤ ਸਾਡੇ ਕੋਲ ਰਿਕਾਰਡਿੰਗਾਂ ਨੇ ਪਿੰਡ ਦੀ ਪੰਚਾਇਤ ਦੀਆਂ ਔਰ ਉਹ ਰਿਕਾਰਡਿੰਗਾਂ ਦੇ ਵਿੱਚ ਕਹਿ ਰਹੇ ਨੇ ਕਿ ਤੁਸੀਂ ਆਪਣੇ ਪੈਸੇ ਵਾਪਸ ਲੈ ਲਓ ਔਰ ਉਸ ਤੋਂ ਬਾਅਦ ਉਸੇ ਬੰਦੇ ਨੂੰ ਧਮਕਾਇਆ ਜਾ ਰਿਹਾ ਇਦਾਂ ਦੀ ਜਿਹੜੀ ਗੁੰਡਾਗਰਦੀ ਆ ਇਹ ਪੰਜਾਬ ਦੇ ਵਿੱਚ ਅਸੀਂ ਚੱਲਣ ਨਹੀਂ ਦੇਵਾਂਗੇ ਔਰ ਇਹ ਸਾਡਾ ਜਿਹੜਾ ਪ੍ਰੋਟੈਸਟ ਆ ਉਹਨਾਂ ਚਿਰ ਚੱਲਦਾ ਰਹੇਗਾ ਜਿੰਨਾ ਚਿਰ ਪੁਲਿਸ ਵਾਲੇ ਸਸਪੈਂਡ ਨਹੀਂ ਹੁੰਦੇ ਔਰ ਪਿੰਡ ਦੀ ਜਿਹੜੀ ਪੰਚਾਇਤ ਆ ਜਿਨ੍ਹਾਂ ਨੇ ਇਹਨਾਂ ਦੇ ਉੱਤੇ ਝੂਠਾ ਜਿਹੜਾ ਹੈਗਾ ਪੁਲਿਸ ਨੂੰ ਪੈਸੇ ਦੇ ਕੇ ਜਿੰਨਾ ਚਿਰ ਉਹ ਵੀ ਸਸਪੈਂਡ ਨਹੀਂ ਹੁੰਦੇ ਅਤੇ ਨਾਲ ਦੀ ਨਾਲ BDO ਨਵਦੀਪ ਕੌਰ ਜਿਹਨੇ ਇਸ ਪੂਰੇ ਘਾਲੇ ਮਾਲੇ ਵਿੱਚ ਉਹਦਾ ਹਿੱਸਾ ਪੱਤੀ ਆ ਉਹ ਸਾਰੀ ਚੀਜ਼ ਲੋਕਾਂ ਦੇ ਸਾਹਮਣੇ ਆਉਣੀ ਚਾਹੀਦੀ ਆ ਔਰ ਸਾਡਾ ਜਿਹੜਾ ਇੱਥੇ ਧਰਨਾ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ ਪੁਲਿਸ ਲੈ ਕੇ ਜੀ ਮਾਮਲਾ ਇਹ ਤੀ ਜੀ ਵੀ ਤੁਸੀਂ ਵੀਡੀਓ ਪਾਈ ਆ ਫੇਸਬੁੱਕ 'ਤੇ ਆਪਣੇ ਸਰਪੰਚ ਦੀ ਅਤੇ ਇਹਨਾਂ ਨੇ ਰਿਸ਼ਵਤ ਲੱਤੀ ਦੀ ਆਪਾਂ ਬਾਲੇ ਟਵਾਲਾਂ ਦੇ ਪੈਸਿਆਂ ਦੀ ਉਹਦੀ ਵੀ ਪਹਿਲਾਂ ਵੀ ਸਾਨੂੰ ਰਿਸ਼ਵਤ ਇਹਦੀ ਵੀ 20,000 ਲੈ ਲਓ 50,000 ਲੈ ਲਓ ਵੀ ਆਪਣੀ ਇੱਕ ਪਲੇਟ ਵਾਪਸ ਕਰ ਲਓ ਵੀ ਉਹਦਾ ਕੋਈ ਵੀ ਤੁਹਾਡਾ ਭਲਾ ਹੀ ਹੋਊਗਾ ਵੀ ਸਾਡੇ ਘਰ ਤਾਂ ਕੀ ਕਹਿੰਦਾ ਬਾਅਦ 'ਚੋਂ ਫਿਰ ਅੰਜਾਮ ਬੁਰਾ ਹੋਊਗਾ ਉਹਦਾ ਜਾਂ ਹੁਣ ਜਾਂ ਥਾਣੇਦਾਰ ਲੈਣ ਆਏ ਨੇ ASI ਤਿਆਰ ਸਿੰਘ ਮੇਰੀ ਮਾਤਾ ਨੇ ਪੁੱਛਿਆ ਵੀ ਕੀ ਗੱਲਬਾਤ ਹੋਈ ਉਹਨਾਂ ਨੂੰ ਕੁਛ ਨਹੀਂ ਕਿਹਾ ਮੇਰੇ ਗਲਾਂ ਮੇ ਤਾਂ ਫੜ ਕੇ ਆਏ ਹੱਥ ਪਰ ਮਾਰ ਕੇ ਲੈ ਕੇ ਗਏ ਨੇ ਖਿੱਚ ਕੇ ਮੈਨੂੰ ਜੀ ਇਹ ਕਹਿੰਦੇ ਚੌਂਕ 'ਚ ਖੜਾ ਕੇ ਅਤੇ ਸੋਟੀਆਂ ਮਾਰ ਕੇ ਇਹਨੂੰ ਪੁੱਛੋ ਵੀ ਕਿਵੇਂ ਵੀਡੀਓ ਪਾਈ ਦੀ ਆ ਇਹ ਕਹਿੰਦੇ ਥਾਣੇ ਲਈ ਆ ਕੇ ਅਤੇ ਪੰਜ ਪਟੇ ਮਾਰੋ ਕਹਿੰਦੇ ਇਹਦੇ ਇਕੱਲੀ ਗੱਲ ਮਨਾਓ ਕਹਿੰਦੇ ਸਾਰੇ ਕੁਛ ਮਨਾਓ ਇਹਦੇ ਮੰਗ ਇਹੀ ਕਰਦੀ ਬਸ ਸਸਪੈਂਡ ਹੋਣੇ ਚਾਹੀਦੇ ਨੇ ਜੀ ਸਾਡਾ ਹੱਕ ਮਿਲਣਾ ਚਾਹੀਦਾ ਸਾਨੂੰ ਸਰ ਕੀ ਮਾਮਲਾ ਜਿਹੜਾ ਮਕਸੂਦੜੇ ਪਿੰਡ ਦਾ ਹੋਇਆ ਮਾਮਲਾ ਸੀ ਕਿ ਮਕਸੂਦੜੇ ਪਿੰਡ ਦਾ ਕੰਪਲੇਂਟ ਸੀ ਬੀਬੀ ਮਜੀਦਾ ਵੱਲੋਂ ਮੌਜੂਦਾ ਸਰਪੰਚ ਅਤੇ ਨਿਰਮਲ ਪੰਚ ਦੇ ਖਿਲਾਫ ਅਤੇ ਸਰਪੰਚ ਵੱਲੋਂ ਜਿਹੜੀ ਹੈਗੀ ਹੈ ਮਜੀਦਾ ਬੀਬੀ ਦੇ ਖਿਲਾਫ ਉਹਨਾਂ ਦੇ ਆਪਦੇ ਰੈਲੀਗੇਸ਼ਨ ਲਾ ਕੇ ਉੱਪਰ ਜਿਹੜੀ ਕੰਪਲੇਂਟ ਆਈਆਂ ਸੀ ਉਹਦੇ ਵਿੱਚ ਜਿਹੜਾ ਅਸੀਂ ਕੱਲ੍ਹ 11 ਵਜੇ ਦਾ ਟਾਈਮ ਦੇ ਲਈ ਮੈਂ ਏਸੀ ਮੁਖਤਾਰ ਸਿੰਘ ਦੇ ਪਿੰਡ ਲਿਖਤੀ ਪ੍ਰਵਾਨਾ ਨੋਟ ਕਰਵਾਉਣ ਲਈ ਅਤੇ ਅਸੀਂ ਪ੍ਰਵਾਨਾ ਨੋਟ ਕਰਾ ਕੇ ਆਇਆ ਅਤੇ ਇੱਥੋਂ ਦੋਨੋਂ ਪਾਰਟੀਆਂ ਨੂੰ ਬੁਲਾ ਕੇ ਜੋ ਵੀ ਸੀ ਔਰ ਮੈਟ ਹੁੰਦਾ ਉੱਪਰ ਇੱਕ ਉਹਨਾਂ ਨੇ ਪੁਲਿਸ 'ਤੇ ਦੋਸ਼ ਲਾਏ ਨੇ ਵੀ ਸਾਨੂੰ ਧੱਕੇ ਅਤੇ ਮੁੰਡੇ ਨੂੰ ਜ਼ਬਰਦਸਤੀ ਚੱਕ ਕੇ ਲੈ ਕੇ ਆਉਂਦੇ ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ ਬਿਲਕੁਲ ਨਹੀਂ ਇੰਨੀਆਂ ਮੁੰਡਾ ਆਇਆ ਸੀ ਨਾਲ ਦੇ ਇਤਿਹਾਸ ਨੂੰ ਨਿਕਲ ਕੇ ਵੀ ਉਹਨੇ ਸਰਪੰਚ ਆ ਸਰਪੰਚ ਨੂੰ ਗਾਲੀ ਪੁੱਛ ਕਰਦਾ ਸੀ ਮਾੜਾ ਜਿਹਾ ਨਹੀਂ ਬੋਲੀਆਂ ਪਿੰਡ ਦਾ ਮੁਤਬਰ ਬੰਦਾ ਹੈ ਸਵੇਰੇ ਤੁਸੀਂ 11 ਵਜੇ ਆਓ ਉੱਥੋਂ ਬੈਠ ਤੁਹਾਡੀ ਗੱਲ ਕੋਈ ਪੋਲੀਟੀਕਲ ਤਾਂ ਨਹੀਂ ਵਿੱਚ ਹੈਗੀ ਇਨਵੋਲਵਮੈਂਟ ਨਹੀਂ ਪੋਲੀਟੀਕਲ ਕੋਈ ਉਹਨੇ ਦੋਨੋਂ ਪਾਸੇ ਕੰਪਲੇਂਟ ਤਾਂ ਦੋਨੋਂ ਪਾਰਟੀਆਂ ਨੋਟ ਕਰਾਇਆ ਕਿ ਦੋਨਾਂ ਨੂੰ ਸਵੇਰੇ 11 ਵਜੇ ਦਾ ਟਾਈਮ ਦਿੱਤਾ ਲਿਖਤੀ ਤੌਰ 'ਤੇ ਹਾਂਜੀ ਸਰ ਕੀ ਮਾਮਲਾ ਸੀਗਾ ਜਿਹੜਾ ਅੱਜ ਥਾਣੇ ਦੇ ਵਿੱਚ ਹੋਇਆ ਇੱਥੇ ਤਾਂ ਮਨਜਿੰਦਰ ਸਿੰਘ ਗਿਆਸਪੁਰਾ ਅਤੇ ਪਲੱਸ ਉਹ CR ਜਿਹੜਾ ਹੈਗਾ ਆਪਣੇ ਬਹੁਮਜਰੇ ਤੋਂ ਉਹ ਵਿਦ 25-30 ਬੰਦਿਆਂ ਧਰਨਾ ਦੇਣ ਆਏ ਸੀ ਉਹਨਾਂ ਨੂੰ ਗੱਲ ਕਰਨ ਲਈ ਬੁਲਾਇਆ ਸੀਗਾ ਉਹ ਗੱਲ ਕਰਦਾ ਕਰਦਾ ਉਹਨੇ ਮੇਰੀ ਕਮੀਜ਼ ਪਾੜਤੀ ਗਲ ਪੈ ਗਿਆ ਕੁੱਟਮਾਰ ਕਰਨ ਲੱਗ ਗਿਆ ਅਤੇ ਇੱਥੋਂ ਬੰਦੇ ਲੈ ਕੇ ਭੱਜ ਗਏ ਇੱਕ ਗਿਆਸਪੁਰਾ ਤੁਹਾਡੇ 'ਤੇ ਦੋਸ਼ ਲਾਏ ਨੇ ਵੀ ਮੈਨੂੰ ਅੰਦਰ ਬੁਲਾ ਕੇ ਮੇਰੇ 'ਤੇ ਰਿਵਾਲਵਰ ਕੱਢਿਆ ਮੇਰੇ ਕੋਲ ਰਿਵਾਲਵਰ ਹੁਣ ਵੀ ਨਹੀਂ ਕਦੇ ਮੇਰੇ ਕੋਲ ਇਸ਼ੂ ਵੀ ਨਹੀਂ ਨਾ ਮੇਰੇ ਕੋਲ ਰਿਵਾਲਵਰ ਹੈ ਚਲੋ ਠੀਕ ਹੈ ਜੀ